ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਆ? ਠੀਕ ਠਾਕ ਭਾਅ ਜੀ। ਵੀਰ ਜੀ, ਕੀ ਪ੍ਰੋਬਲਮ ਸੀ ਤੁਹਾਡੀ? ਭਾਅ ਜੀ, ਆਪਾਂ ਨੂੰ ਸੈਕਸ ਦੀ ਪ੍ਰੋਬਲਮ ਹੀ ਬਹੁਤ, ਟਾਈਮਿੰਗ ਘੱਟ ਲੱਗਦਾ ਸੀ। ਟਾਈਮ ਘੱਟ ਲੱਗਦਾ ਸੀ? ਹਾਂਜੀ, ਠੀਕ ਆ ਜੀ। ਹਾਂਜੀ, ਅਤੇ ਹੁਣ ਤੁਸੀਂ ਦਵਾਈ ਖਾ ਰਹੇ ਹੋ ਅਤੇ ਹੁਣ ਟਾਈਮ ਦਾ ਕਿੰਨਾ ਕੁ ਫਰਕ ਆ? ਭਾਅ ਜੀ, ਪਹਿਲਾਂ ਪਿਆ ਸੀ 3 ਮਿੰਟ ਦਾ ਫਰਕ, ਹਾਂ ਹੁਣ 25 ਦਿਨ ਹੋ ਗਏ ਪੂਰੇ ਲਗਾਤਾਰ 6 ਮਿੰਟ ਦਾ ਟਾਈਮ ਦਾ ਫਰਕ ਪੈ ਗਿਆ। 6 ਮਿੰਟ ਟਾਈਮ ਦਵਾਈ ਖਾ ਕੇ ਵੱਧ ਗਿਆ ਜੀ? ਹਾਂਜੀ, ਵੱਧ ਗਿਆ 6 ਮਿੰਟ ਟਾਈਮ। 6 ਮਿੰਟ ਵੱਧ ਗਿਆ ਅਤੇ ਪਹਿਲਾਂ ਕੋਈ ਤੁਸੀਂ ਹੋਰ ਦਵਾਈ ਖਾਂਦੇ ਹੋ? ਕੋਈ ਖਾਂਦੇ ਸੀ ਸਾਡੇ ਤੋਂ ਪਹਿਲਾਂ? ਹਾਂਜੀ, ਪਹਿਲੋਂ ਦਵਾਈ, ਦੂਜੀ ਖਾ ਕੇ ਖੁਰਾਕ ਹੀ ਅਤੇ ਚਲੇ ਜਾਂਦੇ ਹਾਂ। ਅੰਗਰੇਜ਼ੀ ਦਵਾਈ? ਹਾਂਜੀ, ਅੰਗਰੇਜ਼ੀ ਦਵਾਈ। ਅੱਛਾ, ਉਹ ਖਾਂਦੇ ਸੀ, ਫਿਰ ਟਾਈਮ ਵੱਧਦਾ ਸੀ? ਫਿਰ ਟਾਈਮ ਵੱਧਦਾ ਸੀ, ਉੱਦਾਂ ਕੋਈ ਟਾਈਮ ਨਹੀਂ ਸੀ ਵੱਧਦਾ। ਅਤੇ ਉਹ ਹੁਣ ਗੋਲੀ ਛੱਡ ਦਿੱਤੀ ਤੁਸੀਂ ਕਿ ਖਾਂਦੇ ਹੋ? ਨਹੀਂ, ਉਹ ਛੱਡਤੀ ਹੁਣ, ਬਸ ਦਵਾਈ ਦਾ ਹੀ ਆ ਬਸ। ਹੁਣ ਦਵਾਈ ਕੋਈ ਪਿਓ, ਕਿਹੜੀ ਖਾਂਦੇ ਹੋ ਤੁਸੀਂ? ਹੁਣ ਦਵਾਈ ਆ ਢਾਡੇ ਵਾਲੀ ਖਾਈਦੀ ਆ, ਆਯੁਰਵੇਦਿਕ ਜਿਹੜੀ ਦੇਸੀ ਆ, ਦੁੱਧ ਨਾਲ ਖਾਣ ਵਾਲੀ? ਹਾਂਜੀ ਹਾਂਜੀ, ਦੁੱਧ ਨਾਲ ਖਾਣ। ਇਹਦੇ ਨਾਲ ਤੁਹਾਡਾ ਟੋਟਲ ਕਿੰਨਾ ਟਾਈਮ ਵੱਧ ਗਿਆ? ਉਹ ਇਹਦੇ ਨਾਲ 6 ਮਿੰਟ ਵੱਧ ਗਏ ਜੀ। 6 ਮਿੰਟ ਟਾਈਮ ਪੂਰਾ ਵੱਧ ਗਿਆ? ਹਾਂਜੀ, 6 ਮਿੰਟ ਪੂਰੇ ਫੁੱਲ ਵੱਧ ਗਏ। ਦਵਾਈ ਤੁਸੀਂ ਖਾਂਦੇ ਹੋ ਆਯੁਰਵੇਦਿਕ ਦੇਸੀ, ਜਿਹਨੂੰ ਕਹਿ ਦਿੰਦੇ ਆਪਾਂ ਪੰਜਾਬੀ 'ਚ। ਹਾਂਜੀ, ਇਹ ਦਵਾਈ ਖਾ ਕੇ ਅਤੇ ਤੁਹਾਡਾ ਸੈਕਸ ਦੇ ਦੌਰਾਨ? ਹਾਂਜੀ, 6 ਮਿੰਟ ਵੱਧ ਗਏ। 6 ਮਿੰਟ ਟਾਈਮ ਵੱਧ ਗਿਆ। ਹੁਣ ਤੁਸੀਂ ਕੋਈ ਅੰਗਰੇਜ਼ੀ ਗੋਲੀ ਨਹੀਂ ਖਾਂਦੇ? ਨਹੀਂ ਖਾਂਦੇ। ਅਤੇ ਜਿਹੜੇ ਵੀਰ ਹੋਰ ਵੀ ਅੰਗਰੇਜ਼ੀ ਗੋਲੀ ਖਾ ਕੇ ਮਤਲਬ ਸੈਕਸ ਟਾਈਮ ਵਧਾਉਂਦੇ ਆ, ਉਹਨਾਂ ਨੂੰ ਫਿਰ ਤੁਸੀਂ ਦਓ ਕੋਈ ਸੁਣਾ ਵੀ ਕੀ ਕਰਨ, ਉਹ ਠੀਕ ਕੀ ਕਰਨਾ ਚਾਹੀਦਾ ਉਹਨਾਂ ਨੂੰ? ਅੰਗਰੇਜ਼ੀ ਗੋਲੀ ਖਾਣੀ ਚਾਹੀਦੀ ਕਿ ਨਹੀਂ, ਇਹ ਦੱਸੋ। ਨਹੀਂ, ਅੰਗਰੇਜ਼ੀ ਗੋਲੀ ਬੰਦ ਕਰ ਦੇਣੀ, ਬੰਦ ਕਰ ਦੇਣੀ ਚਾਹੀਦੀ, ਇਹ ਸਾਰਾ ਉਮਰ ਭਰ ਲਈ ਆ। ਹਾਂ, ਇਹ ਉਮਰ ਭਰ ਵਾਸਤੇ ਜਿਹੜੀ ਆਯੁਰਵੇਦਿਕ ਦਵਾਈ ਆ, ਆਯੁਰਵੇਦਿਕ ਦਵਾਈ ਇਹ ਉਮਰ ਭਰ ਲਈ ਆ। ਠੀਕ ਆ, ਠੀਕ ਆ। ਹਾਂਜੀ, ਅਤੇ ਮਤਲਬ ਤੁਹਾਡਾ ਕਹਿਣ ਦਾ ਮਤਲਬ ਕਿ ਜੇ ਕਿਸੇ ਨੇ ਖਾਣੀ ਆ, ਇਹ ਆਯੁਰਵੇਦਿਕ ਦਵਾਈ ਖਾਣ, ਇਹਦਾ ਨੁਕਸਾਨ ਨਹੀਂ ਕੋਈ? ਹਾਂਜੀ ਹਾਂਜੀ, ਕੋਈ ਨੁਕਸਾਨ ਨਹੀਂ, ਇਹਦੇ ਨਾਲ ਫਾਇਦਾ ਵੀ ਆ। ਹਾਂਜੀ, ਅਤੇ ਤੁਹਾਨੂੰ ਫਾਇਦਾ ਹੋ ਗਿਆ? ਹਾਂਜੀ, ਫਨ ਪੂਰਾ ਫਾਇਦਾ ਹੋ ਗਿਆ, ਮਹਾਰਾਜ ਦੀ ਕਿਰਪਾ ਪੂਰੀ ਫੁੱਲ ਹੋ ਗਈ ਜੋ। ਮਹਾਰਾਜ ਦੀ ਪੂਰੀ ਕਿਰਪਾ ਫੁੱਲ ਹੋ ਗਈ ਆ। ਹਾਂਜੀ, ਅਤੇ 6 ਮਿੰਟ ਤੁਹਾਡਾ ਟਾਈਮ ਤੁਹਾਡੇ ਦੱਸਣ ਦੇ ਹਿਸਾਬ ਨਾਲ ਵੱਧ ਗਿਆ। ਹਾਂਜੀ, ਵੱਧ ਗਿਆ ਜੀ। ਠੀਕ ਹੈ ਵੀਰ ਜੀ, ਮਿਹਰਬਾਨੀ ਜੀ। ਲਓ ਜੀ ਵੀਰੋ, ਧੰਨਵਾਦ। ਇਹ ਵੀਰ ਨੇ ਆਪਣੇ ਦਿਲ ਦੀ ਗੱਲ ਦੱਸੀ ਆ, ਇਹ ਆਯੁਰਵੇਦਿਕ ਦਵਾਈ ਖਾ ਰਿਹਾ ਜੀ, ਅਤੇ ਇਹਨਾਂ ਦੇ ਦੱਸਣ ਦੇ ਮੁਤਾਬਕ ਪਹਿਲਾਂ ਅੰਗਰੇਜ਼ੀ ਗੋਲੀ ਖਾ ਕੇ ਜਾਂਦੇ ਸੀ ਜੀ ਸੈਕਸ ਕਰਨ ਵਾਸਤੇ, ਅਤੇ ਹੁਣ ਇਹਨਾਂ ਨੇ ਅੰਗਰੇਜ਼ੀ ਗੋਲੀ ਬੰਦ ਕਰ ਦਿੱਤੀ ਆ, ਹੁਣ ਇਹ ਆਯੁਰਵੇਦਿਕ ਦਵਾਈ ਖਾਂਦੇ ਆ, ਅਤੇ ਇਸ ਆਯੁਰਵੇਦਿਕ ਦਵਾਈ ਨਾਲ ਇਹਨਾਂ ਦੇ 6 ਮਿੰਟ ਪੂਰੇ ਵੱਧ ਗਏ ਆ। ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰ ਦਿਓ ਜੀ। ਧੰਨਵਾਦ ਜੀ। ਜੇਕਰ ਸਾਡੇ ਚੈਨਲ 'ਤੇ ਪਹਿਲੀ ਵਾਰ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਧੰਨਵਾਦ ਵੀਰ ਜੀ। ਧੰਨਵਾਦ।